ਕੰਮ ਨਹੀਂ ਹੋਣਾ ਬਜ਼ੁਰਗ ਕਰਕੇ ਇਹਨੂੰ ਕੀ ਦਿਹਾੜੀ ਨਹੀਂ ਲੈ ਜਾਂਦਾ, ਇਹੀ ਕੰਮ ਹੈ। ਤੁਸੀਂ ਜਾਂਦੇ ਹੋ ਕੰਮ ਤੇ ਰੋਜ਼? ਅੱਛਾ, ਅੱਡੇ ਤੇ ਰੋਜ਼ ਜਾਂਦੇ ਹੋ ਤੇ ਮਿਸਤਰੀ ਲੈ ਕੇ ਨੀ ਜਾਂਦਾ ਨਾਲ ਬੁੱਢਾ ਦੇਖ ਕੇ? ਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੋਵੇਂ ਜਾਣੇ ਇੱਕ ਰੇੜੀ ਲਾ ਕੇ ਚੋਲ ਛੋਲੇ ਜਾਂ ਅੱਕੜੀ ਚੋਲ ਵੇਚ ਲੋਗੇ, ਇਹ ਤੁਸੀਂ ਚਾਹੁੰਦੇ ਹੋ, ਤੇ ਤੁਹਾਡੇ ਕੋਲ ਹੁਣ ਮਤਲਬ ਰੇੜੀ ਨੀ ਲਈ ਜਾਂਦੀ, ਤੇ ਜੋ ਉਹ ਜੇ ਉਹ ਤੁਹਾਨੂੰ ਮਿਲ ਜੇ ਤਾਂ ਤੁਹਾਡਾ ਕੰਮ ਚੱਲ ਪੂਗਾ ਦੋਵਾਂ ਜੀਆਂ ਦਾ, ਤੇ ਬਣ ਕੇ ਤੁਸੀਂ ਆਪਣੀ ਰੋਟੀ ਵਾਸਤੇ ਮੰਗ ਰਹੇ ਹੋ ਕਿ ਭਾਜੀ ਨੂੰ ਹੁਣ ਕੋਈ ਕੰਮ ਨੀ ਦਿੰਦਾ ਬਜ਼ੁਰਗ ਕਰਕੇ ਤੇ ਅਸੀਂ ਸਾਈਕਲ ਆਪਣੇ ਕੋਲ। ਤੇ ਕਦੀ ਜ਼ਿੰਦਗੀ ਚ ਹੁੰਦਾ ਨੀ ਕਿ ਲੋਕਾਂ ਕੋਲ ਕਾਰਾਂ ਕੋਠੀਆਂ ਬਣ ਗਈਆਂ, ਤੁਹਾਡੇ ਕੋਲ ਸਾਈਕਲ ਹੀ ਆ? ਇਹਨੇ ਚ ਖੁਸ਼ ਹੈਗੇ ਸੀ। ਵਾਹਿਗੁਰੂ ਜੀ, ਹੋਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖ ਰੇੜੀ ਵਧੀਆ ਚੱਲਦੀ ਆ ਕਿ ਚਲਾਵਾਂ ਮਰੀ? ਮੈਂ ਵੀ ਵੇਖਾਂ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਵਾਹਿ ਖਾਲਸਾ ਵਾਹਿਗੁਰੂ ਫਤਿਹ ਜੀ। ਠੀਕ ਹੈ ਰੇੜੀ, ਖੁਸ਼ ਹੈ ਭਾਜੀ ਹੁਣੀ ਜੀ? ਸੋ ਆ ਵੀਰ ਪਹਿਲੇ ਲੇਬਰ ਕਰਦਾ ਸੀ ਤੇ ਹੁਣ ਬਜ਼ੁਰਗ ਹੋ ਗਏ ਆ ਤੇ ਕੋਈ ਲੇਬਰ ਤੇ ਲੈ ਕੇ ਨੀ ਜਾਂਦਾ। ਠੀਕ ਹੈ ਭਾਜੀ, ਹੁਣ ਇਹਦੇ ਤੇ ਨਾ ਕੜੀ ਚੋਲ ਬਣਾ ਕੇ ਭੈਣ ਜੀ ਹੁਣਾਂ ਦੇ ਨਾਲ ਵੇਚਣੀ ਹੈ ਤੁਸੀਂ, ਠੀਕ ਹੈ ਨਾ? ਸੋਹਣਾ ਕੰਮ ਚੱਲ ਪੂਗਾ, ਹੁਣ ਤੁਹਾਨੂੰ ਲੇਬਰ ਕਰਨ ਦੀ ਲੋੜ ਨੀ ਪੈਣੀ ਸਿੰਘ ਸਾਹਿਬ, ਆਪਣਾ ਕੰਮ ਆਪਣੇ ਕੰਮ ਦੇ ਵਿੱਚ ਬਰਕਤਾਂ ਹੁੰਦੀਆਂ, ਨਾਲੇ ਕੋਈ ਡਰ ਨੀ ਕਿਸੇ ਦਾ। ਬਜ਼ੁਰਗ ਸਮਝ ਗਏ, ਚਲੋ ਕੋਈ ਗੱਲ ਨੀ, ਮਹਾਰਾਜ ਨੇ ਤੁਹਾਡੀ ਬਾਂਹ ਫੜ ਲਈ ਆ, ਰੇੜੀ ਤੁਹਾਡੇ ਕੋਲ ਆ ਗਈ ਆ, ਹੁਣ ਤੁਸੀਂ ਆਪਣਾ ਕੰਮ ਸ਼ੁਰੂ ਕਰ ਲਿਓ। ਚਲੋ ਆਜੋ ਫਿਰ, ਆਪਾਂ ਪੈਸੇ ਦੇ ਦਈਏ। ਜੋ ਤੁਸੀਂ ਕਿਹਾ ਸੀ ਨਾ ਉਹ ਕੜੀ ਚੋਲ ਵਗੈਰਾ, ਤੁਹਾਡਾ ਕੰਮ ਚੱਲ ਪੈਣਾ ਵਾ ਜੇ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ, ਹੈਨਾ? ਜੇ ਕਿਸੇ ਕੋਲ ਘੱਟ ਪੈਸੇ ਵੀ ਹੈ ਨਾ ਤਾਂ ਵੀ ਦੇ ਦਿਆ ਕਰੋ, ਕੋਈ ਨਹੀਂ ਆ ਕਿ ਜੇਕਰ ਕਿਸੇ ਕੋਲ ਪੈਸਾ ਨਹੀਂ ਵੀ ਹੈਗਾ ਥੋੜੇ ਆ ਤਾਂ ਵੀ ਦੇ ਤਾ ਧੰਨ ਗੁਰੂ ਰਾਮਦਾਸ ਕਹਿ ਕੇ, ਤੇ ਬਾਕੀ ਦੇਣ ਵਾਲਾ ਤੁਹਾਨੂੰ ਕੌਣ ਹੈ? ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ। ਨਿਰਵੈਰ ਨਹੀਂ, ਨਿਰਵੈਰ ਇੱਕ ਜ਼ਰੀਆ ਹੈ ਤੁਹਾਨੂੰ ਦੇਣ ਵਾਲਾ, ਤੁਹਾਡਾ ਗੁਰੂ ਹੈ ਉਹ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ, ਠੀਕ ਹੈ? ਅਸੀਂ ਤਾਂ ਚਾਹੁੰਦੇ ਹਾਂ ਕਿ ਤੁਹਾਡੇ ਜਿਹੜੇ ਭੈਣ ਭਰਾ ਉਹਨਾਂ ਨੂੰ ਉਹਨਾਂ ਕੋਲ ਆਪਣਾ ਕੰਮ ਹੋਵੇ, ਕਿਉਂਕਿ ਹੁਣ ਭਾਈ ਸਾਹਿਬ ਦੀ ਵਾਕਈ ਉਮਰ ਜਿਹੜੀ ਆ ਉਹ ਨਹੀਂ ਕੰਮ ਕਰਨ ਵਾਲੀ, ਭਾਰਾ ਕੰਮ ਨਹੀਂ ਕਰ ਸਕਦੇ, ਤੇ ਹੁਣ ਚਲੋ ਆਪਣਾ ਕੰਮ ਹੋਏਗਾ ਤੁਸੀਂ ਆਪਣਾ ਕਰੋਗੇ, ਤੇ ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ। ਸੋ ਭੈਣੇ ਜਦੋਂ ਮੰਨ ਲਓ ਤੁਸੀਂ ਕੰਮ ਸਟਾਰਟ ਵੀ ਕੀਤਾ ਨਾ, ਜੇ ਕੰਮ ਤੇ ਗਾਹਕ ਨਹੀਂ ਪੈਂਦਾ ਤੁਸੀਂ ਇਹ ਜਾਪ ਕਰਨਾ, ਠੀਕ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਨਗੇ, ਤੁਹਾਡਾ ਜਿਹੜਾ ਕੰਮ ਕਰ ਵਧੀਆ ਚੱਲੂਗਾ, ਠੀਕ ਹੈ ਜੀ? ਇਹ ਉਹਦਾ ਬਿੱਲ ਆ, ਠੀਕ ਹੈ ਜੀ? ਅਸੀਂ ਬਿੱਲ ਤਾਰਤਾ ਵਾ, ਠੀਕ ਹੈ? ਰੇੜੀ ਦੇ ਪੈਸੇ ਅਸੀਂ ਭਾਈ ਸਾਹਿਬ ਉਹਨਾਂ ਨੂੰ ਦੇ ਦਿੱਤੇ, ਅੱਜ ਤੋਂ ਇਹ ਰੇੜੀ ਤੁਹਾਡੀ ਹੈ। ਤੁਸੀਂ ਕੰਮ ਖੋਲੋਗੇ ਤੇ ਮੈਂ ਉੱਥੇ ਸਪੈਸ਼ਲ ਆਊਂਗਾ, ਮੈਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਕਿ ਭਾਈ ਸਾਹਿਬ ਉਹਨਾਂ ਕੋਲ ਤੁਹਾਡੇ ਕੋਲ ਆ ਕੇ ਕੁਛ ਨਾ ਕੁਛ ਲੈ ਕੇ ਜਾਣ, ਖਾ ਕੇ ਜਾਣ, ਜਿਹਦੇ ਨਾਲ ਤੁਹਾਡੀ ਰੋਜੀ ਰੋਟੀ ਵੀ ਚੱਲੇ, ਠੀਕ ਹੈ ਨਾ? ਜਦੋਂ ਤੁਸੀਂ ਲਾਓ ਆ ਕੇ ਸਾਨੂੰ ਵੀ ਖੁਸ਼ੀ ਹੋਵੇ ਕਿ ਤੁਹਾਡਾ ਕਾਰੋਬਾਰ ਚੱਲ ਪਿਆ, ਠੀਕ ਹੈ ਜੀ? ਹੁਣ ਤੁਸੀਂ ਲੇਬਰ ਨੀ ਕਰਨੀ, ਹੁਣ ਦੀ ਚੋਲ ਛੋਲੇ ਵੇਚੋ, ਠੀਕ ਹੈ ਜੀ? ਕੜੀ ਚੋਲ ਵਗੈਰਾ, ਚਲੋ ਠੀਕ ਹੈ ਭੈਣੇ, ਲੈ ਜਾਓ ਤੁਸੀਂ ਹੁਣ, ਠੀਕ ਹੈ ਜੀ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ।